पंजाब वन प्रेजेंट खास मुलाकात। सत श्री अकाल जी, मैं हाँ जतेंद्र सिंह जीतू और पंजाब वन देख रहे सारे दर्शकों का स्वागत है। तुम देख रहे हो प्रोग्राम खास मुलाकात। अज साडे वेड़े पहुंचे ने सरदार बरिंदरपाल सिंह जी, जिहड़े कि मौजूदा मैंबर ने APKF ते। APKF यानी कि अकाल पुरख की फौज। अकाल पुरख की फौज के अजिहे काम ने समाजिक अते धार्मिक गतिविधियों के जिहड़े सुन के तुसी हैरान हो जाओगे। अते ओहो धार्मिक अते समाजिक काम बरिंदरपाल सिंह जी अपने मुखों दसणगे। जी बरिंदर जी, बहुत बहुत स्वागत है जी। अकाल पुरख की फौज असी 1999 ਦੇ ਵਿੱਚ ਬਣਾਈ ਸੀ, ਜਦੋਂ ਖਾਲਸਾ ਦਾ 300 ਸਾਲਾ ਸਿਰਜਣਾ ਦਿਵਸ ਸੀ ਜੀ। ਉਦੋਂ ਪ੍ਰੇਰਣਾ ਲੈ ਕੇ ਬਣਾਈ ਸੀ ਕਿ ਸਿਰਫ ਧਾਰਮਿਕ ਕੰਮ ਹੀ ਨਹੀਂ ਕਰਨੇ, ਸਮਾਜਿਕ ਕੰਮ ਬਹੁਤ ਸਾਰੇ ਕਰਨੇ ਨੇ। ਨੌਜਵਾਨ ਜਿਹੜੇ ਤੁਸੀਂ ਦੇਖੋ ਕਿ 1984-1992 ਤੋਂ ਬਾਅਦ ਬਹੁਤ ਜ਼ਿਆਦਾ ਵਾਲ ਕਟਾਉਣ ਲੱਗ ਪਏ ਸੀ, ਕੁਰਾਏ ਪੈ ਗਏ ਸੀ, ਨਸ਼ੇ ਦੇ ਆਦੀ ਬਣ ਗਏ ਸੀਗੇ। ਸਾਡੀ ਇੱਕ ਮੂਵਮੈਂਟ ਅਸੀਂ ਚਲਾਈ ਕਿ ਅਸੀਂ ਨੌਜਵਾਨਾਂ ਨੂੰ ਜਿਹੜਾ ਵਾ ਵਾਪਸ ਸਿੱਖੀ ਦੇ ਵਿੱਚ ਲੈ ਕੇ ਆਉਣਾ ਵਾ। ਉਸ ਕਰਕੇ ਅਸੀਂ ਅਕਾਲ ਪੁਰਖ ਦੀ ਫੌਜ ਬਣਾਈ ਅਤੇ ਉਹਦੇ ਵਿੱਚ ਅਸੀਂ ਬਹੁਤ ਸਾਰੇ ਕੰਮ ਕਰਨੇ ਸ਼ੁਰੂ ਕੀਤੇ, ਜਿਹਦੇ ਵਿਚਕਾਰ ਅਸੀਂ ਮਿਸਟਰ ਸਿੰਘ ਇੰਟਰਨੈਸ਼ਨਲ ਸ਼ੁਰੂ ਕੀਤਾ। ਉਹਦੇ 'ਚ ਅਸੀਂ ਦੇਖਿਆ ਕਿ ਅੱਜ ਕੱਲ੍ਹ ਦਾ ਬੱਚਾ ਮੀਡੀਆ ਤੋਂ, ਟੀਵੀਆਂ ਤੋਂ, ਕੇਬਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ, ਫਿਲਮਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ। ਅਸੀਂ ਉਹਦੇ ਵਿੱਚ ਦੇਖਿਆ ਕਿ ਜਦੋਂ ਸ਼ਾਹਰੁਖ ਖਾਨ ਜਾਂ ਸੰਨੀ ਦਿਓਲ ਪੱਗ ਬੰਨ ਕੇ ਫਿਲਮਾਂ ਦੇ ਵਿੱਚ ਰੋਲ ਕਰਦੇ ਨੇ ਤਾਂ ਉਹ ਫਿਲਮ ਸੁਪਰ ਡੁਪਰ ਹਿੱਟ ਜਾਂਦੀ ਹੈ ਸਾਡੇ ਪੰਜਾਬ ਦੇ ਵਿੱਚ। ਇਹਦਾ ਮਤਲਬ ਸੀ ਕਿ ਸਿੱਖ ਕਿਰਦਾਰ ਨੂੰ ਪਸੰਦ ਕੀਤਾ ਜਾ ਰਿਹਾ ਹੈ, ਲੇਕਿਨ ਸਾਡੇ ਕੋਲ ਸਿੱਖ ਐਕਟਰ ਇਹੋ ਜਿਹੇ ਨਹੀਂ ਸੀ ਕਿ ਜਿਹੜੇ ਅਸੀਂ ਉਹਨਾਂ ਨੂੰ ਲੈ ਕੇ ਚੱਲ ਸਕੀਏ, ਜਿਨ੍ਹਾਂ ਨੂੰ ਅਸੀਂ ਦੁਨੀਆ ਦੇ ਸਾਹਮਣੇ ਪੇਸ਼ ਕਰ ਸਕੀਏ। ਸੰਨੀ ਦਿਓਲ ਨੂੰ ਪੱਗ ਬਣਾ ਕੇ ਅਸੀਂ ਫਿਲਮ ਬਣਾ ਰਹੇ ਹਾਂ, ਅਸੀਂ ਸੋਚਿਆ ਕਿਉਂ ਨਾ ਅਸੀਂ ਇਹੋ ਜਿਹੇ ਕਿਰਦਾਰ, ਇਹੋ ਜਿਹੇ ਮੁੰਡੇ ਆਪਣੇ ਪੇਸ਼ ਕਰੀਏ ਦੁਨੀਆ ਦੇ ਅੱਗੇ, ਉਹਨਾਂ ਨੂੰ ਟ੍ਰੇਨਿੰਗ ਦੇ ਕੇ ਪੇਸ਼ ਕਰੀਏ ਕਿ ਜਿਹੜੇ ਆਪਣਾ ਆਪ ਦੱਸਣ ਕਿ ਅਸੀਂ ਸਿੱਖ ਹੋ ਕੇ ਵੀ ਬਾਲੀਵੁੱਡ ਦੇ ਵਿੱਚ, ਹਾਲੀਵੁੱਡ ਦੇ ਵਿੱਚ ਅਸੀਂ ਛਾ ਸਕਦੇ ਹਾਂ। ਅਸੀਂ ਉਸ ਪ੍ਰੋਗਰਾਮ ਨੂੰ ਦੇ ਤਹਿਤ ਇੱਕ ਮਿਸਟਰ ਸਿੰਘ ਇੰਟਰਨੈਸ਼ਨਲ ਸ਼ੁਰੂ ਕੀਤਾ, ਜਿਹੜਾ ਕਿ ਸਾਬਤ ਸੂਰਤ ਸਿੱਖਾਂ ਦਾ ਇੱਕ ਪ੍ਰੋਗਰਾਮ ਸੀ। ਇੱਕ ਅਸੀਂ ਸਿੱਖਾਂ ਨੂੰ ਪਲੇਟਫਾਰਮ ਦਿੱਤਾ, ਜਦੋਂ ਬੱਚੇ ਜਾਂਦੇ ਸੀ ਰੈਂਪ ਦੇ ਉੱਤੇ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਵਾਲ ਕਟਾ ਕੇ ਆਓ, ਤੁਸੀਂ ਦਾੜੀ ਕਟਾ ਕੇ ਆਓ, ਜਾਂ ਉਹਨਾਂ ਨੂੰ ਲਿੱਤਾ ਹੀ ਨਹੀਂ ਸੀ ਜ਼ਿਆਦਾ ਪੱਗ ਦੇ ਨਾਲ। ਅਸੀਂ ਪਗੜੀਧਾਰੀ ਸਿੱਖਾਂ ਦਾ, ਸਾਬਤ ਸੂਰਤ ਸਿੱਖਾਂ ਦਾ ਇੱਕ ਪ੍ਰੋਗਰਾਮ ਬਣਾਇਆ ਮਿਸਟਰ ਸਿੰਘ ਇੰਟਰਨੈਸ਼ਨਲ, ਜਿਹਦੇ ਵਿਚਕਾਰ ਅਸੀਂ ਉਹਨਾਂ ਨੂੰ ਲੈ ਕੇ ਆਏ, ਉਹਨਾਂ ਨੂੰ ਟ੍ਰੇਨਿੰਗ ਦਿੱਤੀ। ਉਹਨਾਂ ਨੂੰ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਕੰਪੀਟੀਸ਼ਨ ਕਰਾਏ। ਕੰਪੀਟੀਸ਼ਨ ਕਰਾਉਣ ਤੋਂ ਬਾਅਦ ਬਹੁਤ ਸਾਰੇ ਮੁੰਡੇ ਅੱਜ ਸਾਡੇ ਫਿਲਮਾਂ ਦੇ ਵਿੱਚ ਸੈਟਲ ਨੇ, ਨਿਊਜ਼ ਐਂਕਰ ਨੇ। ਉਹਨਾਂ ਨੂੰ ਅਸੀਂ ਬਹੁਤ ਸਾਰੇ ਲੜਕੇ ਸਾਡੀਆਂ ਐਡ ਦੇ ਵਿੱਚ ਆ ਰਹੇ ਨੇ, ਜਿਹੜੀਆਂ ਸਾਬਤ ਸੂਰਤ ਸਿੱਖਾਂ ਦਾ ਅਸੀਂ ਇੱਕ ਇੱਕ ਮਿਸਾਲ ਕਾਇਮ ਕਰ ਦਿੱਤੀ ਕਿ ਪੱਗ ਦੇ ਨਾਲ ਅਸੀਂ ਕਿਤੇ ਵੀ ਅਸੀਂ ਲੈ ਕੇ ਜਾ ਸਕਦੇ ਹਾਂ। ਸਾਡਾ ਮੇਨ ਕੰਮ ਅਕਾਲ ਪੁਰਖ ਦੀ ਫੌਜ ਤੋਂ ਅਸੀਂ ਇਹ ਸਟਾਰਟ ਕੀਤਾ। ਫਿਰ ਉਸ ਤੋਂ ਬਾਅਦ ਅਸੀਂ ਖੂਨਦਾਨ ਕੈਂਪ ਲਗਾਏ। ਜੀ, ਇੱਥੇ ਮੈਂ ਇੱਕ ਮਿੰਟ ਲਈ ਰੁਕਣਾ ਚਾਹਾਂਗਾ, ਕਿਉਂਕਿ ਮੈਂ ਦੱਸ ਦੇਵਾਂ ਕਿ ਦਾਸ ਦੀ ਜਿਹੜੀ ਜਾਗ ਲੱਗੀ ਉਹ ਵੀ ਮਿਸਟਰ ਸਿੰਘ ਇੰਟਰਨੈਸ਼ਨਲ ਤੋਂ ਲੱਗੀ ਹੈ, ਕਿਉਂਕਿ ਮਿਸਟਰ ਸਿੰਘ ਇੰਟਰਨੈਸ਼ਨਲ 2005 ਦੇ ਵਿੱਚ ਮੈਂ ਪਾਰਟੀਸਪੇਟ ਕੀਤਾ ਸੀਗਾ ਜੀ ਜੀ। ਔਰ ਇਸ ਤੋਂ ਬਾਅਦ ਮਿਸਟਰ ਸਿੰਘ ਤੋਂ ਬਾਅਦ ਬਥੇਰੇ ਪ੍ਰੋਜੈਕਟਸ ਨੇ ਜਿਹੜੇ APKF ਦੇ ਅੰਡਰ ਕੀਤੇ ਜਾ ਰਹੇ ਨੇ, ਬਟ ਮੈਂ ਇਸ ਬਾਕੀ ਪ੍ਰੋਜੈਕਟਸ ਦੇ ਬਾਰੇ ਚਾਨਣਾ ਪਾਉਣ ਤੋਂ ਪਹਿਲਾਂ ਅਸੀਂ ਕੁਝ ਬਰੀਫ ਜਾਣਨਾ ਚਾਹਾਂਗੇ, ਕਿਉਂਕਿ ਸਾਡੇ ਦਰਸ਼ਕ ਉਤਾਵਲੇ ਹੋਣਗੇ ਮੇਰੇ ਹਿਸਾਬ ਨਾਲ, ਕਿ ਮਿਸਟਰ ਸਿੰਘ ਦੇ ਬਾਰੇ ਵੀ ਬੜੀ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਸਕੇ ਕਿ ਮਿਸਟਰ ਸਿੰਘ ਇੰਟਰਨੈਸ਼ਨਲ ਜਿਹੜਾ ਉਹ ਲਿਖਿਆ ਜਾਂਦਾ ਪ੍ਰੋਗਰਾਮ ਇਹ ਕਿਸ ਤਰ੍ਹਾਂ ਪਲਾਨ ਹੁੰਦਾ ਸਾਰਾ, ਔਰ ਕਿਸ ਤਰ੍ਹਾਂ ਇਹ ਫਾਈਨਲ ਤੱਕ ਅੰਜਾਮ ਦਿੱਤਾ ਜਾਂਦਾ। ਹਾਂ, ਮਿਸਟਰ ਸਿੰਘ ਸਭ ਤੋਂ ਪਹਿਲੇ ਤਾਂ ਅਸੀਂ ਆਪਣੀ ਐਡ ਦਿੰਦੇ ਹਾਂ, ਉਹ ਇੱਕ ਫੋਰਮ ਭਰਿਆ ਜਾਂਦਾ ਵਾ ਜਿਹਦੇ ਵਿੱਚ ਉਹਦੀਆਂ ਜਿਹੜੀਆਂ ਬੇਸਿਕ ਇਨਫੋਰਮੇਸ਼ਨ ਦੇ ਨਾਲ ਇੱਕ ਡੈਕਲਾਰੇਸ਼ਨ ਲਿੱਤੀ ਜਾਂਦੀ ਹੈ ਕਿ ਮੈਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਵਾਂ, ਐਂਡ ਮੈਂ ਸਾਬਤ ਸੂਰਤ ਸਿੱਖ ਹਾਂ, ਮੈਂ ਨਸ਼ਾ ਕੋਈ ਨਹੀਂ ਕਰਦਾ। ਇੱਕ ਡੈਕਲਾਰੇਸ਼ਨ ਸਾਡੀ ਜਿਹੜੀ ਹੈ ਮੰਡੇਟਰੀ ਹੁੰਦੀ ਹੈ ਜੀ। ਉਹ ਇਨਫੋਰਮੇਸ਼ਨ ਲੈਣ ਤੋਂ ਬਾਅਦ ਅਸੀਂ ਫਿਰ ਪ੍ਰੋਸੈਸ ਨੂੰ ਸ਼ੁਰੂ ਕਰਦੇ ਹਾਂ, ਉਹਦੀਆਂ ਫੋਟੋਗ੍ਰਾਫਸ ਲੈਂਦੇ ਹਾਂ ਬੱਚੇ ਦੀਆਂ, ਉਹਦੀ ਹਾਈਟ ਦੇਖੀ ਜਾਂਦੀ ਹੈ, ਉਹਦੀ ਐਜੂਕੇਸ਼ਨ ਦੇਖੀ ਜਾਂਦੀ ਹੈ, ਸਾਰੀ ਚੀਜ਼ਾਂ ਨੂੰ ਬਰੀਕੀ ਦੇ ਨਾਲ ਜਾਂਚਣ ਤੋਂ ਬਾਅਦ ਉਹਨਾਂ ਦੇ ਫੋਰਮ ਮੰਗਾਏ ਜਾਂਦੇ ਨੇ। ਸਾਰੀ ਚੀਜ਼ਾਂ ਨੂੰ ਬਰੀਕੀ ਦੇ ਨਾਲ ਜਾਂਚਣ ਤੋਂ ਬਾਅਦ ਆਡੀਸ਼ਨ ਹੁੰਦਾ ਹੈ। ਸਾਡਾ ਸਭ ਤੋਂ ਪਹਿਲੇ ਆਡੀਸ਼ਨ ਅਸੀਂ ਵੱਖਰੇ ਵੱਖਰੇ ਪੂਰੇ ਇੰਡੀਆ ਦੇ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਆਡੀਸ਼ਨ ਰੱਖਦੇ ਹਾਂ ਉਹਦਾ। ਉਸ ਆਡੀਸ਼ਨ ਦੇ ਵਿੱਚੋਂ ਅਸੀਂ ਬੱਚਿਆਂ ਦੀ ਇੰਟਰਵਿਊ ਕਰਕੇ, 1-to-1 ਇੰਟਰਵਿਊ ਕਰਕੇ ਉਸ ਉਹਦੇ ਵਿੱਚੋਂ ਬੱਚਿਆਂ ਨੂੰ ਅਸੀਂ ਅੱਗੇ ਜ਼ੋਨਲ ਰਾਊਂਡ ਵਾਸਤੇ ਲੈ ਕੇ ਆਉਂਦੇ ਹਾਂ। ਉਸ ਤੋਂ ਬਾਅਦ ਉਹਨਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਰੈਂਪ ਟ੍ਰੇਨਿੰਗ ਹੁੰਦੀ ਹੈ, ਇੱਕ ਜਾਂ ਦੋ ਦਿਨ ਦੀ ਰੈਂਪ ਟ੍ਰੇਨਿੰਗ ਹੁੰਦੀ ਹੈ। ਉਸ ਤੋਂ ਬਾਅਦ ਜ਼ੋਨਲ ਦੇ ਵਿੱਚ, ਮੰਨ ਲਓ ਸਾਡੇ ਕੋਲ ਪੰਜਾਬ ਦਾ ਇੱਕ ਜ਼ੋਨਲ ਹੈ, ਉੜੀਸਾ ਦਾ ਇੱਕ ਜ਼ੋਨਲ ਹੈ, ਮਹਾਰਾਸ਼ਟਰ ਦਾ ਇੱਕ ਜ਼ੋਨਲ ਹੈ, ਅਸੀਂ ਵੱਖਰੇ ਵੱਖਰੇ ਥਾਵਾਂ 'ਤੇ ਜ਼ੋਨਲ ਕਰਵਾ ਕੇ ਉਹਦੇ ਵਿੱਚੋਂ ਬੱਚਿਆਂ ਨੂੰ, ਨੌਜਵਾਨ ਸਿੱਖ ਨੌਜਵਾਨਾਂ ਨੂੰ ਸ਼ਾਰਟਲਿਸਟ ਕਰਦੇ ਹਾਂ ਜੀ। ਸਾਡੀਆਂ ਉਹੀ ਕੰਡੀਸ਼ਨਾਂ ਨੂੰ ਤਾਂ ਪੂਰਾ ਕਰਦੇ ਹੀ ਹਾਂ, ਕਿਉਂਕਿ ਉਹ ਤਾਂ ਅਸੀਂ ਪਹਿਲੇ ਦੇਖ ਲਿੱਤੀਆਂ ਹੁੰਦੀਆਂ ਨੇ ਆਡੀਸ਼ਨ ਦੇ ਦੌਰਾਨ ਸਾਬਤ ਸੂਰਤ 'ਤੇ
ਨਸ਼ਾ ਨਹੀਂ ਕਰਦਾ, ਸਾਰਾ ਕੁਝ ਚੈੱਕ ਕਰਦੇ ਹਾਂ। ਉਸਦੇ ਦੌਰਾਨ ਅਸੀਂ ਜਿਹੜੇ ਸਿੱਖ ਬੱਚੇ ਅੱਗੇ ਲੈ ਕੇ ਆਉਂਦੇ ਹਾਂ, ਫਿਰ ਉਹਨਾਂ ਨੂੰ ਅਸੀਂ ਸੈਮੀਫਾਈਨਲ ਦੇ ਵਿੱਚ ਲੈ ਕੇ ਜਾਂਦੇ ਹਾਂ। ਸੈਮੀਫਾਈਨਲ ਸਾਡਾ ਜਿਹੜਾ ਵਾ ਇੰਡੀਆ ਦੇ ਵਿੱਚ ਕਿਤੇ ਇੱਕ ਜਗ੍ਹਾ ਦੇ ਉੱਤੇ ਹੁੰਦਾ ਵਾ, ਉਹਦੇ ਵਿੱਚੋਂ ਅਸੀਂ 22 ਤੋਂ 25 ਬੱਚਿਆਂ ਨੂੰ ਅਸੀਂ ਕੱਢਦੇ ਹਾਂ, ਜਿਨ੍ਹਾਂ ਨੂੰ ਅਸੀਂ ਫਾਈਨਲ ਰਾਊਂਡ ਵਾਸਤੇ ਲੈ ਕੇ ਜਾਂਦੇ ਹਾਂ। ਜੀ ਜੀ। ਉਹਦੇ ਦੌਰਾਨ ਫਿਰ 15 ਦਿਨ ਦੀ ਅਸੀਂ ਟ੍ਰੇਨਿੰਗ ਦਿੰਦੇ ਹਾਂ ਉਹਨਾਂ ਬੱਚਿਆਂ ਨੂੰ, ਉਹਨਾਂ ਦਾ ਰਹਿਣਾ ਖਾਣਾ ਪੀਣਾ ਸਾਰਾ ਸੋਨਾ ਸਾਰਾ ਅਸੀਂ ਆਪਣੇ ਕੋਲ ਕਰਦੇ ਹਾਂ, ਉਹ ਸਾਰਾ ਸਾਡੇ ਖਰਚੇ ਦੇ ਉੱਤੇ ਹੁੰਦਾ ਵਾ। ਬੱਚਿਆਂ ਕੋਲ ਕੋਈ ਪੈਸਾ ਨਹੀਂ ਲਿੱਤਾ ਜਾਂਦਾ, ਕੋਈ ਫੀਸ ਨਹੀਂ ਲਿੱਤੀ ਜਾਂਦੀ ਇਹਦੇ ਕੋਲੋਂ। ਅਸੀਂ ਚਾਹੁੰਦੇ ਹਾਂ ਕਿ ਸਿੱਖ ਨੌਜਵਾਨਾਂ ਨੂੰ ਭਾਵੇਂ ਉਹ ਗਰੀਬ ਵੀ ਨੇ ਜਾਂ ਚੰਗੇ ਘਰਾਂ ਤੋਂ ਵੀ ਨੇ, ਗਰੀਬ ਵੀ ਨੇ, ਉਹਨਾਂ ਸਾਰਿਆਂ ਨੂੰ ਅਸੀਂ ਅੱਗੇ ਲੈ ਕੇ ਆਈਏ। ਕਿ ਕਈ ਵਾਰੀ ਟੈਲੈਂਟ ਹੁੰਦਾ ਵਾ ਲੇਕਿਨ ਪਲੇਟਫਾਰਮ ਨਹੀਂ ਹੁੰਦਾ, ਅਸੀਂ ਉਹਨਾਂ ਨੂੰ ਆਪਣਾ ਪਲੇਟਫਾਰਮ ਦਿੱਤਾ। ਪਲੇਟਫਾਰਮ ਦੇ ਕੇ ਫਿਰ ਉਹਦੇ ਵਿੱਚੋਂ ਅਸੀਂ ਇੱਕ ਰਾਊਂਡ ਚੱਲਦੇ ਨੇ, 6 ਰਾਊਂਡ ਹੁੰਦੇ ਨੇ, 4 ਰਾਊਂਡ ਸਟੇਜ ਦੇ ਹੁੰਦੇ ਨੇ, 2 ਕੁਐਸਚਨਿੰਗ ਦੇ ਹੁੰਦੇ ਨੇ ਰਾਊਂਡ, 6 ਰਾਊਂਡ ਦੇ ਵਿੱਚ ਫਿਰ ਫਾਈਨਲ ਫਸਟ ਸੈਕਿੰਡ ਥਰਡ ਅਸੀਂ ਕਰਕੇ ਅੱਗੇ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ। ਜੀ ਜੀ, ਬਿਲਕੁਲ ਬਿਲਕੁਲ। ਔਰ ਵਰਿੰਦਰ ਜੀ, ਜਿੱਥੋਂ ਤੱਕ ਮੈਨੂੰ ਪਤਾ ਕਿ ਇਸ ਪ੍ਰੋਗਰਾਮ ਤੋਂ ਬਾਅਦ ਕਾਫੀ ਸਾਰੀਆਂ ਸੰਸਥਾਵਾਂ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਣੇ ਸ਼ੁਰੂ ਕਰ ਦਿੱਤੇ, ਲਾਈਕ ਮਿਸਟਰ ਪੰਜਾਬ ਹੋ ਗਿਆ, ਮਿਸਟਰ ਸਿੰਘ, ਕੋਈ ਅੰਮ੍ਰਿਤਸਰ ਹੋ ਰਿਹਾ, ਕਿਤੇ ਮੋਗਾ ਹੋ ਰਿਹਾ, ਕਿਤੇ ਚੰਡੀਗੜ੍ਹ ਹੋ ਰਿਹਾ, ਬੜਾ ਮਾਣ ਜਿਹਾ ਮਹਿਸੂਸ ਹੁੰਦਾ ਨਾ ਕਿ ਜਿਸ ਪਲੇਟਫਾਰਮ ਨੂੰ ਤੁਸੀਂ ਖੜਾ ਕੀਤਾ, ਅੱਜ ਉਸ ਤਰ੍ਹਾਂ ਦੇ ਪਲੇਟਫਾਰਮ ਹੋਰ ਸੰਸਥਾਵਾਂ ਖੜੀਆਂ ਕਰ ਰਹੇ, ਖੈਰ ਕਿਤੇ ਨਾ ਕਿਤੇ ਸਿੱਖੀ ਦਾ ਪ੍ਰਚਾਰ ਹੋ ਰਿਹਾ। ਚਾਹੁੰਦੇ ਅਸੀਂ ਵੀ ਇਹੀ ਸੀ ਕਿ ਇਹ ਜਿਹੜਾ ਸੰਦੇਸ਼ ਹੈ ਨਾ, ਘਰ ਘਰ, ਗਲੀ ਗਲੀ, ਘਰ ਘਰ ਪਹੁੰਚਾਤਾ ਜਾਵੇ। ਜਿਹੜੀਆਂ ਛੋਟੀਆਂ ਸੰਸਥਾਵਾਂ ਜਾਂ ਜਿਹੜੀਆਂ ਵੀ ਵੱਡੀਆਂ ਸੰਸਥਾਵਾਂ ਜਿਹੜੀਆਂ ਵੀ ਪ੍ਰੋਗਰਾਮ ਕਰਦੀਆਂ, ਸਾਨੂੰ ਖੁਸ਼ੀ ਹੈ ਕਿ ਐਟਲੀਸਟ ਸਿੱਖੀ ਦੀ ਸੇਵਾ ਤਾਂ ਹੋ ਰਹੀ ਹੈ। ਜਿਹੜੀ ਸਿੱਖੀ ਸੰਭਾਲਣ ਦੀ ਗੱਲ ਅਸੀਂ ਕਰਦੇ ਸੀ, ਉਹ ਸਿੱਖੀ ਤਾਂ ਸੰਭਾਲੀ ਜਾ ਰਹੀ ਹੈ ਨਾ। ਕੋਈ ਸੰਸਥਾ ਕਰੇ, ਸਾਨੂੰ ਉਹਨਾਂ ਕੋਈ ਫਰਕ ਨਹੀਂ ਪੈਂਦਾ। ਬਸ ਗੱਲ ਹੈਗੀ ਹੈ ਕਿ ਜਿਹੜੀ ਜਿਹੜਾ ਪ੍ਰਣ ਲੈ ਕੇ ਚੱਲੇ ਹਾਂ ਕਿ ਸਾਬਤ ਸੁਰਤ ਹੋਵੇ, ਨਸ਼ਾ ਨਾ ਕਰਦਾ ਹੋਵੇ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ 'ਤੇ ਟੇਕ ਰੱਖਦਾ ਹੋਵੇ, ਉਹ ਬੱਚਿਆਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ। ਅਸੀਂ ਉਹ ਕੰਮ ਕਰਦੇ ਪਏ ਔਰ ਕਾਫੀ ਸਾਰੇ ਜਿਹੜੇ ਆ ਇਹਦੇ ਨਾਲ ਇੰਪਰੂਵਮੈਂਟ ਵੀ ਬੜੀ ਹੋਈ ਹੈ। ਸਾਬਤ ਸੁਰਤ ਜਿਹੜੇ ਬੱਚੇ ਉਹ ਕਾਫੀ ਜੁੜ ਵੀ ਰਹੇ ਨੇ ਸਿੱਖੀ ਦੇ ਨਾਲ, ਹੈ ਨਾ, ਔਰ ਉਹਨਾਂ ਨੂੰ ਇੱਕ ਪਲੇਟਫਾਰਮ ਮਿਲ ਰਿਹਾ ਜਿਸ ਜਿਸ ਦਿਸ਼ਾ ਵੱਲ ਉਹ ਜਾਣਾ ਚਾਹੁੰਦੇ ਨੇ ਮੀਡੀਆ ਲਾਈਨ, ਕਿਉਂਕਿ ਆਕਰਸ਼ਿਤ ਕਰਨ ਵਾਲੀ ਇੱਕ ਲਾਈਨ ਹੈਗੀ ਹੈ। ਔਰ ਉਹਦੇ ਵਿੱਚ ਚਕਾ ਚੌਂਦ ਦੇ ਵਿੱਚ ਕਾਫੀ ਸਾਰੇ ਬੱਚੇ ਭਟਕ ਵੀ ਜਾਂਦੇ ਆ ਕਿ ਸ਼ਾਇਦ ਸਾਨੂੰ ਕੇਸ ਕਟਾ ਕੇ ਹੀ ਸਾਨੂੰ ਆਪਣਾ ਪਾਥ ਜਿਹੜਾ ਵਾ ਉੱਧਰ ਜਾਣਾ ਵਾ, ਜਾਂ ਉਸ ਤੋਂ ਇਲਾਵਾ ਸਾਨੂੰ ਮਿਲ ਨਹੀਂ ਸਕਦੀ ਉਹ ਚੀਜ਼ ਨਹੀਂ ਮਿਲ ਸਕਦੀ। ਔਰ ਮਿਸਟਰ ਸਿੰਘ ਇੰਟਰਨੈਸ਼ਨਲ ਤੋਂ ਬਾਅਦ ਮੈਨੂੰ ਲੱਗਦਾ ਕਾਫੀ ਰਸਤੇ ਖੁੱਲ੍ਹੇ ਵੀ ਨੇ ਵੱਡੇ ਵੱਡੇ ਡਾਇਰੈਕਟਰਸ ਜਿਹੜੇ ਬਾਲੀਵੁੱਡ ਤੋਂ ਉਹ ਸ਼ਮੂਲੀਅਤ ਕਰਨ ਲਈ ਸਪੈਸ਼ਲ ਉੱਚੇ ਤੌਰ 'ਤੇ ਅੰਮ੍ਰਿਤਸਰ ਪਹੁੰਚਦੇ ਨੇ। ਸਾਡੇ ਕੋਲ ਅਸੀਂ ਨਾ ਸਭ ਤੋਂ 2003 ਦੇ ਵਿੱਚ ਇੱਕ ਪ੍ਰੋਗਰਾਮ ਕਰਾਇਆ ਸੀ ਮਿਸਟਰ ਸਿੰਘ ਇੰਟਰਨੈਸ਼ਨਲ ਤੋਂ ਪਹਿਲੇ, ਟਸ਼ਨ ਟਰਬਨ ਦਾ ਜੀ, ਖਾਲਸਾ ਕਾਲਜ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਹੋਇਆ ਸੀ। ਸਾਨੂੰ ਅੱਜ ਵੀ ਯਾਦ ਆ ਕਿ ਸਾਡੇ ਕੋਲ ਸੀਟਸ ਖਤਮ ਹੋ ਗਈਆਂ ਸੀਗੀਆਂ ਪਬਲਿਕ ਨੂੰ ਬਿਠਾਉਣ ਦੇ ਲਈ, ਕਿ ਇੰਨੀ ਪਬਲਿਕ ਉਸ ਪ੍ਰੋਗਰਾਮ ਨੂੰ ਦੇਖਣ ਆ ਗਈ ਸੀ ਕਿ ਸਿੱਖ ਵੀ ਰੈਂਪ ਵਾਕ ਕਰ ਸਕਦੇ ਨੇ, ਸਿੱਖ ਵੀ ਰੈਂਪ ਦੇ ਉੱਤੇ ਜਾ ਸਕਦੇ ਨੇ। ਅਸੀਂ ਪ੍ਰੇਰ ਸਾਡੇ ਕੋਲ ਉਦੋਂ ਸਵਰਗਵਾਸ ਹੋ ਗਏ ਨੇ ਜਿਹੜੇ ਡਾਇਰੈਕਟਰ ਸੀਗੇ, ਯਸ਼ ਚੋਪੜਾ ਜੀ ਸਪੈਸ਼ਲ ਸਾਡੇ ਪ੍ਰੋਗਰਾਮ 'ਤੇ ਆਏ। ਜਸਪਾਲ ਸਿੰਘ ਸਹਿਗਲ ਜੀ ਜਿਹੜੇ ਮਿਸਟਰ ਇੰਡੀਆ ਵੀ ਰਹੇ ਨੇ, ਰਨਰ ਅਪ ਰਹੇ ਨੇ ਮਿਸਟਰ ਇੰਡੀਆ ਦੇ ਵਿੱਚ, ਗ੍ਰਾਸੇ ਮਿਸਟਰ ਇੰਡੀਆ ਦੇ, ਉਹ ਉਸ ਪ੍ਰੋਗਰਾਮ ਦੇ ਜੱਜ ਵਜੋਂ ਵੀ ਆਏ ਸੀਗੇ। ਅਸੀਂ ਉਸ ਪ੍ਰੋਗਰਾਮ ਤੋਂ ਪਹਿਲੇ ਪ੍ਰੋਗਰਾਮ ਨੂੰ ਅਸੀਂ ਆਪਣਾ ਕਰਨ ਤੋਂ ਬਾਅਦ ਉਸ ਪ੍ਰੋਗਰਾਮ ਤੋਂ ਹੀ ਅਸੀਂ ਮਿਸਟਰ ਸਿੰਘ ਇੰਟਰਨੈਸ਼ਨਲ ਦੀ ਪਤਾਇਸ਼ ਕੀਤੀ ਸੀ ਕਿ ਅੱਜ ਅਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਾਇਆ ਜਿਹੜਾ 1 ਘੰਟੇ 1.5 ਘੰਟੇ ਦਾ ਪ੍ਰੋਗਰਾਮ ਸੀਗਾ, ਅਤੇ ਇੰਨੀ ਪਬਲਿਕ ਆ ਗਈ ਹੈ, ਜੇ ਅਸੀਂ ਮਿਸਟਰ ਸਿੰਘ ਇੰਟਰਨੈਸ਼ਨਲ ਕਰਵਾਵਾਂਗੇ ਤਾਂ ਇਹਦਾ ਕੀ ਇੰਪੈਕਟ ਜਾਏਗਾ। ਉਸ ਤੋਂ ਬਾਅਦ ਸਾਡੇ ਕੋਲ ਰਾਜ ਬੱਬਰ, ਨੀਲ ਨਿਤਨ ਮੁਕੇਸ਼, ਰਿਸ਼ੀ ਕਪੂਰ ਜੀ, ਰਣਦੀਪ ਕਪੂਰ ਜੀ ਅਤੇ ਹੋਰ ਕਈ ਐਕਟਰ, ਮੈਨੂੰ ਸਾਰੇ ਯਾਦ ਨਹੀਂ, ਪਰ ਹੋਰ ਕਈ ਸਾਰੇ ਐਕਟਰ ਜਿਹੜੇ ਆ ਬਾਲੀਵੁੱਡ ਤੋਂ ਸਪੈਸ਼ਲੀ ਸਾਡੇ ਪ੍ਰੋਗਰਾਮ 'ਚ ਸ਼ਿਰਕਤ ਕਰਨ ਵਾਸਤੇ ਆਏ ਨੇ। ਸਾਡਾ ਪ੍ਰੋਗਰਾਮ ਇੰਟਰਨੈਸ਼ਨਲ ਲੈਵਲ ਦੇ ਉੱਤੇ ਟੈਲੀਕਾਸਟ ਵੀ ਹੁੰਦਾ ਵਾ ਅਤੇ ਇੰਟਰਨੈਸ਼ਨਲ ਲੈਵਲ 'ਤੇ ਵੀ ਵੇਖਿਆ ਵੀ ਜਾਂਦਾ ਵਾ। ਜੀ ਵਰਿੰਦਰ ਜੀ, ਕਾਫੀ ਐਲੀਗੇਸ਼ਨਸ ਵੀ ਲੱਗਦੇ ਆ, ਹੈ ਨਾ, ਵੱਡਾ ਪ੍ਰੋਗਰਾਮ ਉਲੀਕਾਂਗੇ ਤਾਂ ਵੱਡੇ ਵੱਡੇ ਐਲੀਗੇਸ਼ਨ ਵੀ ਲੱਗਣਗੇ, ਛੋਟੇ ਐਲੀਗੇਸ਼ਨ ਵੀ ਲੱਗਣਗੇ, ਔਰ ਕਾਫੀ ਜਗ੍ਹਾ 'ਤੇ ਦੇਖਿਆ ਜਾਂਦਾ ਕਿ ਇੱਕ ਨਾ ਐਂਟਰੀ ਫੀਸ ਰੱਖ ਦਿੰਦੇ ਆ, ਔਰ ਉਸ ਐਂਟਰੀ ਫੀਸ ਨੂੰ ਲੈ ਕੇ ਕਈ ਮਤਲਬ ਕਹਿ ਲਈਏ ਕਿ ਅਸੀਂ ਨਕਲੀ ਦੇ ਸ਼ੋਅ ਵੀ ਹੋਣੇ ਸ਼ੁਰੂ ਹੋ ਗਏ, ਹੈ ਨਾ, ਭਾਵਨਾ ਦੀ ਆੜ ਦੇ ਵਿੱਚ ਸ਼ੋਅ ਕਰਾ ਰਹੇ ਨੇ ਲੋਕ, ਉਸ ਬਾਰੇ ਤੁਸੀਂ ਕੀ ਕਹੋਗੇ? ਅਸੀਂ ਦੇਖੋ, ਅਸੀਂ ਆਏ ਹਾਂ, ਸਾਡੀ ਸੁਸਾਇਟੀ ਅਕਾਲ ਪੁਰਖ ਕੀ ਫੌਜ ਦਾ ਮੇਨ ਮੋਟਿਵ ਹੈ ਸਿੱਖੀ ਦੀ ਸੇਵਾ ਕਰਨਾ, ਪੈਸਾ ਕਮਾਉਣਾ ਸਾਡਾ ਮੋਟਿਵ ਨਹੀਂ ਹੈ। ਅਸੀਂ ਆਪਣੇ ਕੋਲੋਂ ਪੈਸੇ ਲਗਾ ਕੇ ਪ੍ਰੋਗਰਾਮ ਕਰਦੇ ਹਾਂ, ਸਾਡਾ ਕੋਈ ਐਂਟਰੀ ਲੈਣਾ, ਕੋਈ ਐਂਟਰੀ ਫੀਸ ਲੈਣਾ, ਕੋਈ ਟਿਕਟ ਲਗਾਉਣਾ ਸਾਡਾ ਕੋਈ ਮੋਟਿਵ ਨਹੀਂ ਹੈ। ਅਸੀਂ ਗੁਰਸਿੱਖਾਂ ਤੋਂ ਪੈਸੇ ਇਕੱਠੇ ਕਰਦੇ ਹਾਂ, ਸਪੋਂਸਰਸ਼ਿਪਸ ਲੈਂਦੇ ਹਾਂ, ਕੰਪਨੀਆਂ ਤੋਂ ਲੈਂਦੇ ਹਾਂ ਅਤੇ ਅਸੀਂ ਇਹਨਾਂ ਪ੍ਰੋਗਰਾਮਾਂ ਨੂੰ ਲਿਖਦੇ ਹਾਂ। ਦੇਖੋ, ਜਦੋਂ ਪ੍ਰੋਗਰਾਮ ਵੱਡੇ ਕਰੋਗੇ ਤਾਂ ਖਰਚੇ ਵੀ ਤੁਹਾਡੇ ਵੱਡੇ ਨੇ ਜੀ, ਵੱਡੇ ਖਰਚੇ ਆਖਰ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਬੇਅਰ ਕਰਨੇ ਪੈਣੇ ਨੇ। ਫਿਰ ਸਪੋਂਸਰਸ਼ਿਪਸ ਆ ਜਾਂਦੀਆਂ ਨੇ, ਸਾਡੇ ਬੜੇ ਗੁਰਸਿੱਖ ਭਰਾ ਬੈਠੇ ਨੇ, ਫੋਰਨ ਦੇ ਵਿੱਚ ਵੀ ਬੈਠੇ ਨੇ, ਇੰਡੀਆ ਦੇ ਵਿੱਚ ਵੀ ਬੈਠੇ ਨੇ, ਜਿਹੜੇ ਸਾਨੂੰ ਆ ਕੇ ਸਪੋਂਸਰਸ਼ਿਪ ਦਿੰਦੇ ਨੇ। ਉਹ ਕੰਮ ਤਾਂ ਕੋਈ ਵੀ ਹੈ, ਕੋਈ ਗੁਰਦੁਆਰਾ ਵੀ ਚਲਾਉਣਾ, ਜੇ ਚੜਾਵਾ ਚੜੇਗਾ ਤਾਂ ਉਹਦਾ ਪ੍ਰਬੰਧ ਚੱਲੇਗਾ, ਅਤੇ ਜੇ ਚੜਾਵਾ ਹੀ ਨਹੀਂ ਚੜੇਗਾ ਤਾਂ ਪ੍ਰਬੰਧ ਚੱਲਣਾ ਬੜਾ ਮੁਸ਼ਕਿਲ ਹੋ ਜਾਂਦਾ।
ਮਿਨਿਸਟਰ ਸਿੰਘ ਇੰਟਰਨੈਸ਼ਨਲ ਜਿਹੜੀ ਕਰਵਾ ਰਹੀ ਹੈ, ਕੋਈ ਬੰਦਾ ਆ ਜਾਵੇ, ਅਸੀਂ ਸਿਫਾਰਿਸ਼ ਨਾਮ ਦੀ ਕੋਈ ਚੀਜ਼ ਨਹੀਂ, ਪੈਸਾ ਲੈ ਕੇ ਆ ਜਾਵੇ, ਪ੍ਰਾਈਮ ਮਿਨਿਸਟਰ ਦੀ ਸਿਫਾਰਿਸ਼ ਲੈ ਕੇ ਆ ਜਾਵੇ, ਕਿਸੇ ਦੀ ਸਿਫਾਰਿਸ਼ ਲੈ ਕੇ ਆ ਜਾਵੇ, ਅਸੀਂ ਸਿਫਾਰਿਸ਼ ਨਾਂ ਦੀ ਕੋਈ ਚੀਜ਼ ਸਾਡੇ ਕੋਲ ਨਹੀਂ ਹੈ। ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਸਾਰੇ ਕੰਮ ਸ਼ੁਰੂ ਕਰਦੇ ਹਾਂ ਅਤੇ ਅਸੀਂ ਉਹਦੀ ਟੇਕ ਦੇ ਵਿੱਚ ਹੀ ਕਰਦੇ ਹਾਂ। ਜੇ ਅਸੀਂ ਅਰਦਾਸ ਕਰਨ ਤੋਂ ਬਾਅਦ ਕੋਈ ਚੀਟਿੰਗ ਕਰਾਂਗੇ ਤਾਂ ਅਸੀਂ ਗੁਰੂ ਦੇ ਦੇਣਦਾਰ ਹਾਂ ਅਤੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰਫੁੱਲਤ ਨਹੀਂ ਕਰਦੇ ਜੀ। ਅਸੀਂ ਇਸ ਤੋਂ ਬਾਅਦ ਗੱਲ ਕਰਾਂਗੇ APKF ਦੇ ਅੰਡਰ ਤੁਸੀਂ ਖੂਨਦਾਨ ਕੈਂਪ ਲਗਾਉਂਦੇ, ਇੱਕ ਬਹੁਤ ਵੱਡਾ ਤੁਸੀਂ ਕੈਂਪ ਲਗਾਇਆ ਜੀ ਜਿਸ ਦੇ ਵਿੱਚ ਅਪਰੋਕਸੀਮੇਟਲੀ 20,000 ਬੋਤਲ ਤੁਸੀਂ ਇਕੱਠੀ ਕਰਕੇ ਹਾਂ ਉਹ ਭੇਜੀ ਸੀ। ਅਸੀਂ ਸਾਡੇ ਨਾ ਮਨ ਦੇ ਵਿੱਚ ਇੱਕ ਇੱਛਾ ਸੀ ਕਿ ਅਸੀਂ ਸਮਾਜ ਦੀ ਸੇਵਾ, ਸਿੱਖੀ ਦੀ ਸੇਵਾ ਦੇ ਨਾਲ ਨਾਲ ਸਮਾਜ ਦੀ ਸੇਵਾ ਵੀ ਕਰਨੀ ਹੈ ਜੀ। ਅਸੀਂ ਉਹ ਸਮਾਜ ਦੀ ਸੇਵਾ ਦੇ ਦੌਰਾਨ ਦੇਖਿਆ ਕਿ 2009 ਦੇ ਵਿੱਚ ਸ਼ਾਇਦ ਲਗਾਇਆ ਸੀਗਾ ਅਸੀਂ ਇਹ ਕੰਮ, ਮਾਰਚ 2009 ਦੇ ਵਿੱਚ ਹੋਲੇ ਮਹੱਲੇ ਦੇ ਉੱਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲਗਾਇਆ ਸੀਗਾ ਕਿ ਜਿੱਥੇ ਸਾਡੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿੱਥੇ ਉਹਨਾਂ ਨੇ 5 ਸਿੰਘ ਮੰਗੇ ਸੀਗੇ, ਸਾਡੇ 5 ਪਿਆਰੇ ਆਏ ਸੀਗੇ ਜਿੱਥੇ, ਅਸੀਂ ਉੱਥੇ ਹੀ ਖੂਨਦਾਨ ਕੈਂਪ ਲਗਾਉਣ ਦੀ ਗੱਲ ਕੀਤੀ। ਉੱਥੇ ਅਸੀਂ ਲਗਾ ਕੇ ਦੁਨੀਆਂ ਨੂੰ ਸੰਦੇਸ਼ ਦਿੱਤਾ ਕਿ ਸਿੱਖ ਕਿਸੇ ਗੱਲੋਂ ਵੀ ਪਿੱਛੇ ਨਹੀਂ ਹੈ, ਸਾਡਾ ਖੂਨ ਅਜਾਈ ਡੋਲਣ ਵਾਲਾ ਨਹੀਂ ਹੈ। 1984 ਦੇ ਵਿੱਚ ਸਾਡਾ ਖੂਨ ਡੋਲਿਆ ਗਿਆ ਜਾਂ ਕਈ ਥਾਵਾਂ ਦੇ ਉੱਤੇ ਦਿੱਲੀ ਦੇ ਦੰਗਿਆਂ ਦੇ ਵਿੱਚ ਖੂਨ ਡੋਲਿਆ ਗਿਆ, ਲੇਕਿਨ ਅਸੀਂ ਦੱਸਿਆ ਕਿ ਸਾਡਾ ਬੂੰਦ ਬੂੰਦ ਖੂਨ ਜਿਹੜਾ ਵਾ ਉਹ ਸਮਾਜ ਦੀ ਸੇਵਾ ਦੇ ਵਾਸਤੇ ਕੰਮ ਆਏਗਾ। ਅਸੀਂ ਉਹ ਖੂਨਦਾਨ ਕੈਂਪ ਲਗਾ ਕੇ ਇੱਕ ਸੰਦੇਸ਼ ਦਿੱਤਾ ਸੀਗਾ ਕਿ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ, ਸਾਨੂੰ ਨਹੀਂ ਪਤਾ ਕਿ ਉਹ ਖੂਨ ਹਿੰਦੂ ਨੂੰ ਜਾ ਰਿਹਾ, ਮੁਸਲਮਾਨ ਨੂੰ ਜਾ ਰਿਹਾ, ਈਸਾਈ ਨੂੰ ਜਾ ਰਿਹਾ, ਕਿਹਨੂੰ ਜਾ ਰਿਹਾ, ਲੇਕਿਨ ਅਸੀਂ ਉਸ ਪਵਿੱਤਰ ਧਰਤੀ ਦੇ ਉੱਤੇ ਖੂਨਦਾਨ ਕੈਂਪ ਲਗਾ ਕੇ ਅਤੇ ਇੱਕ ਦੁਨੀਆਂ ਨੂੰ ਸੰਦੇਸ਼ ਦਿੱਤਾ ਸੀਗਾ ਜੀ। ਸੋ ਵਰਿੰਦਰ ਜੀ, ਮੈਨੂੰ ਲੱਗਦਾ ਅਸੀਂ ਗੱਲਾਂ ਬਾਤਾਂ ਢੇਰ ਸਾਰੀਆਂ ਕਰਨੀਆਂ ਅਤੇ ਵਕਤ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਅਸੀਂ ਬ੍ਰੇਕ ਲੈ ਲਈਏ ਜੀ। ਸੋ ਵਕਤ ਹੋ ਗਿਆ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਜੁੜੇ ਰਹੋ ਪੰਜਾਬਨ ਟੀਵੀ ਦੇ ਨਾਲ। ਖਾਸ ਮੁਲਾਕਾਤ।